आम आदमी पार्टी वालों अज जलंधर के एक निजी होटल दे विच प्रेस कॉन्फ्रेंस की गई, जिथे आम आदमी पार्टी वालों पंजाब विच वध रहे करोना मामलों चिंता का विषय दसिया। नाल ही आम आदमी पार्टी वालों एक नवी लहर की शुरुआत की गई, जिसके चलते पंजाब के हर पिंड हर कस्बे ऑक्सीमीटर नाम की एक डिवाइस नू पहुँचाया जाएगा, जिस दे नाल करोना संक्रमित घर बैठे ही अपने घट रहे ऑक्सीजन लैवल नू चैक करके अपनी मर्जी नाल हस्पताल विच जा सकते हैं, क्योंकि करोना महामारी के दौरान ये जरूरी नहीं है कि इसका इलाज हस्पताल दे विच ही करवाया जाए, घर विच क्वारंटाइन रह के भी इसका इलाज संभव है। पंजाब विच लगातार अजिहे कई मामले सामने आ रहे सन, जिस विच सेहत विभाग उत्ते यह आरोप लगाए जा रहे सन कि एक सेहतमंद व्यक्ति नू घर तो लिजा के हस्पताल विच दाखिल किया जा रहा है अते कुछ दिन बाद उस नू मृत घोषित कर दिता गया है। हालांकि इस दे पिछे की कारण ने ये साफ नहीं हो सकया, जिस कारण आम आदमी पार्टी वालों ये उपराला किया जा रहा है। ਆਪ 'ਚ ਜੋ ਕਰੋਨਾ ਨੂੰ ਲੈ ਕੇ ਹਾਲਾਤ ਬਣੇ ਹੋਏ ਨੇ ਤੁਹਾਡੇ ਸਭ ਦੇ ਸਾਹਮਣੇ ਨੇ। ਆਮ ਤੌਰ 'ਤੇ ਰੋਜ਼ ਵੇਖਣ ਨੂੰ ਮਿਲ ਜਾਂਦਾ ਵੀ ਪਿੰਡਾਂ ਵਿੱਚ ਹੈਲਥ ਡਿਪਾਰਟਮੈਂਟ ਦੇ ਆਸ਼ਾ ਵਰਕਰ ਪਿੰਡਾਂ ਵਿੱਚ ਚੈਕਿੰਗ ਵਾਸਤੇ ਆਏ, ਟੈਸਟਿੰਗ ਵਾਸਤੇ, ਅਤੇ ਪਿੰਡਾਂ ਵਾਲਿਆਂ ਨੇ ਉਹਨਾਂ ਦਾ ਬਾਈਕਾਟ ਕਰਤਾ। ਇਹਦੇ ਨਾਲ ਦਿਸਦਾ ਵੀ ਸਰਕਾਰ ਦੇ ਉੱਤੋਂ ਲੋਕਾਂ ਦਾ ਭਰੋਸਾ ਉੱਠ ਗਿਆ। ਲੋਕ ਕਹਿੰਦੇ ਨੇ ਜੀ ਚੰਗਾ ਭਲਾ ਬੰਦਾ ਲੈ ਕੇ ਜਾਂਦੇ ਨੇ, ਚਾਰ ਦਿਨ ਬਾਅਦ ਉਹਨੂੰ ਪੈਕ ਕਰਕੇ ਲਿਆਉਂਦੇ ਨੇ, ਅਤੇ ਇੱਥੇ ਤੱਕ ਕਿ ਸਰਕਾਰ ਉੱਤੇ ਲੋਕਾਂ ਦੇ ਜਿਹੜੇ ਔਰਗਨ ਹੁੰਦੇ ਨੇ ਉਹਨਾਂ ਨੂੰ ਚੋਰੀ ਕਰਨ ਤੱਕ ਦਾ ਇਲਜ਼ਾਮ ਲੱਗਦਾ। ਹੁਣ ਕਰੋਨਾ ਵਿੱਚ ਦਿੱਲੀ ਵਿੱਚ ਜਿਸ ਤਰੀਕੇ ਨਾਲ ਕੰਟਰੋਲ ਕੀਤਾ ਗਿਆ ਕਰੋਨਾ ਨੂੰ, ਉਹਦੇ ਵਿੱਚ ਇੱਕ ਚੀਜ਼ ਵੇਖੀ ਗਈ ਕਿ ਇੱਕਦਮ ਜੋ ਮੌਤਾਂ ਦੀ ਗਿਣਤੀ ਹੈ ਉਹਨੂੰ ਆਕਸੀਜਨ ਟਾਈਮ 'ਤੇ ਜੇ ਮਿਲ ਜਾਵੇ ਤਾਂ ਇੱਕਦਮ ਘੱਟ ਸਕਦੀ ਹੈ। ਦਿੱਲੀ ਵਿੱਚ ਜਿੱਥੇ ਕੋਈ ਪੇਸ਼ੈਂਟ ਹੁੰਦਾ ਉਹਨੂੰ ਸਰਕਾਰ ਵੱਲੋਂ ਆਕਸੀਮੀਟਰ ਪ੍ਰੋਵਾਈਡ ਕਰਾਇਆ ਜਾਂਦਾ ਕਿ ਤੁਸੀਂ ਟਾਈਮ ਟੂ ਟਾਈਮ ਆਪਣਾ ਆਕਸੀਜਨ ਲੈਵਲ ਚੈੱਕ ਕਰਦੇ ਰਹੋ, ਅਤੇ ਜਿੱਦਾਂ ਹੀ ਤੁਹਾਡੀ ਆਕਸੀਜਨ ਘਟੇ ਇਮੀਜੀਏਟਲੀ ਜਾਂ ਤਾਂ ਐਡਮਿਟ ਹੋ ਜਾਓ ਅਤੇ ਜਾਂ ਫਿਰ ਸਰਕਾਰ ਵੱਲੋਂ ਉਹਨਾਂ ਨੂੰ ਘਰ 'ਚ ਹੀ ਆਕਸੀਜਨ ਪ੍ਰੋਵਾਈਡ ਕਰਾਈ ਜਾਂਦੀ ਹੈ। ਹੁਣ ਦਿੱਲੀ ਸਰਕਾਰ ਤਾਂ ਆਹ ਸਾਰੇ ਕੰਮ ਕਰ ਸਕੀ, ਪਰ ਪੰਜਾਬ ਵਿੱਚ ਆਹ ਕੰਮ ਨਹੀਂ ਹੁੰਦੇ ਦਿਸਦੇ। ਪਰ ਪੰਜਾਬੀਆਂ ਨੂੰ ਰੱਬ ਦੇ ਭਰੋਸੇ ਸਰਕਾਰ ਨੇ ਛੱਡਿਆ ਹੋਇਆ। ਸਰਕਾਰ ਦੀ ਵੀ ਡਿਊਟੀ ਬਣਦੀ ਸੀ ਆਹ ਸਭ ਕਰਨ ਦੀ, ਪਰ ਉਹ ਸਭ ਕਰਨ ਸਰਕਾਰ ਨਹੀਂ ਰਹੀ। ਆਮ ਆਦਮੀ ਪਾਰਟੀ ਆਪਣੇ ਪਰਿਵਾਰਾਂ ਨੂੰ ਇੱਦਾਂ ਨਹੀਂ ਵੇਖ ਸਕਦੀ। ਆਮ ਆਦਮੀ ਪਾਰਟੀ ਨੇ ਇਹ ਬੀੜਾ ਚੱਕਿਆ ਕਿ ਹਰ ਪਿੰਡ ਦੇ ਵਿੱਚ ਆਪਾਂ ਆਕਸੀਜਨ ਮੀਟਰ ਆਕਸੀਮੀਟਰ ਦਾ ਪ੍ਰਬੰਧ ਕਰਾਂਗੇ। ਜਿਸ ਕਿਸੇ ਨੂੰ ਵੀ ਦਿੱਕਤ ਆਉਂਦੀ ਹੈ ਉਹ ਆਪਣੇ ਪਿੰਡ ਦੇ ਉਸ ਬੰਦੇ ਨਾਲ ਸੰਪਰਕ ਕਰ ਸਕਦਾ, ਉਹ ਉਹਨਾਂ ਨੂੰ ਮੀਟਰ ਪ੍ਰੋਵਾਈਡ ਕਰਾਉਣਗੇ, ਉਹ ਜਾ ਕੇ ਚੈੱਕ ਕਰ ਸਕਦੇ ਨੇ ਆਪਣਾ ਮੀਟਰ। ਹੁਣ ਮਤਲਬ ਆਪਣੀ ਰਾਖੀ ਆਪ ਕਰਨੀ ਪੈਣੀ ਹੈ, ਆਪਣਾ ਧਿਆਨ ਆਪ ਰੱਖਣਾ ਪੈਣਾ, ਅਤੇ ਜਿੱਥੇ ਕਿਤੇ ਤੁਹਾਨੂੰ ਲੱਗੇ ਵੀ ਆਕਸੀਜਨ ਲੈਵਲ ਤੁਹਾਡਾ 95 ਤੋਂ ਥੱਲੇ ਜਾਂਦਾ ਇਮੀਜੀਏਟਲੀ ਡਾਕਟਰ ਨਾਲ ਸੰਪਰਕ ਕਰੋ, ਆਪਣਾ ਹੋਸਪਿਟਲ ਵਿੱਚ ਐਡਮਿਟ ਹੋ, ਪ੍ਰਾਈਵੇਟ 'ਚ ਹੋ ਭਾਵੇਂ ਸਰਕਾਰੀ 'ਚ ਹੋ, ਪਰ ਆਪਣਾ ਧਿਆਨ ਆਪ ਰੱਖੋ। ਆਮ ਆਦਮੀ ਪਾਰਟੀ ਇਸ ਪੂਰੀ ਮੁਹਿੰਮ ਪੰਜਾਬ ਦੇ ਪਿੰਡ ਪਿੰਡ ਵਿੱਚ ਪਹੁੰਚਾਈ। ਸਰ ਪੰਜਾਬ 'ਚ ਕਿੰਨੇ ਅਨਾਊਂਸ ਕੀਤੇ? 15-16 ਹਜ਼ਾਰ ਦੇ ਵਿੱਚ, ਅਤੇ ਹਰ ਪਿੰਡ ਦੇ ਵਿੱਚ ਹਰ ਮਹੱਲੇ ਦੇ ਵਿੱਚ। ਹਰ ਪੰਜਾਬ 'ਚ ਲਾਅ ਐਂਡ ਆਰਡਰ ਦੀ ਗੱਲ ਕਰੀਏ ਜਿਹੜੀ ਕਾਫੀ ਇਸ ਵੇਲੇ ਖਰਾਬ ਹੈਗੀ ਹੈ, ਪਿਛਲੇ ਥੋੜ੍ਹੇ ਦਿਨਾਂ ਦੇ ਵਿੱਚ ਪੁਲਿਸ ਵਾਲੇ ਹੀ ਬੰਦੇ ਦਾ ਮਰਡਰ ਕਰਦੇ ਜਾਂ ਪੰਜ ਬੰਦੇ ਜਿਹੜੇ ਪੁਲਿਸ ਮੁਲਾਜ਼ਮ। ਤੁਸੀਂ ਭਾਵੇਂ ਕਬੱਡੀ ਪਲੇਅਰ ਜਿਹਨਾਂ ਦਾ 2 ਦਿਨ ਪਹਿਲੇ ਪੁਲਿਸ ਵਾਲੇ ਨੇ ਸਰੇਆਮ ਗੋਲੀਆਂ ਮਾਰ ਕੇ ਮਰਡਰ ਕੀਤਾ, ਜਾਂ ਕੱਲ੍ਹ ਵਾਲੀ ਉਸ ਕੁਸੁਮ ਕੁਮਾਰੀ ਬੱਚੀ ਦੀ ਗੱਲ ਕਰੋ ਜਿਹਦੀ ਚੇਸ ਨੇਚਿੰਗ ਹੋ ਰਹੀ ਸੀ ਬੜੀ ਬਹਾਦਰੀ ਨਾਲ, ਕੁੜੀ ਨੇ ਉਹਨੂੰ ਫੜ ਕੇ ਅਤੇ ਪੁਲਿਸ ਹਵਾਲੇ ਵੀ ਕੀਤਾ। ਲੋਅ ਐਂਡ ਆਰਡਰ ਦੀ ਹਾਲਤ ਬਿਲਕੁਲ ਖਰਾਬ ਹੈ, ਸਾਰੀ ਪੁਲਿਸ ਮਾਈਨਿੰਗ ਮਾਫੀਆ ਸ਼ਰਾਬ ਮਾਫੀਆ ਨੂੰ ਸੰਰਕਸ਼ਣ ਦੇਣ ਵਿੱਚ ਲੱਗੀ ਹੋਈ ਹੈ, ਅਤੇ ਸਿੱਧੀ ਸਿੱਧੀ ਜਵਾਬਦਾਰੀ ਰਾਜਾ ਅਮਰਿੰਦਰ ਸਿੰਘ ਜੀ ਦੀ ਬਣਦੀ ਹੈ, ਜੋ ਇਹ ਵਾਅਦੇ ਕਰਕੇ ਗੁਟਕਾ ਸਾਹਿਬ ਦੇ ਉੱਤੇ ਹੱਥ ਰੱਖ ਕੇ ਸੋਹਾਂ ਖਾ ਕੇ ਸਰਕਾਰ ਚ ਆਏ ਸੀ ਕਿ ਆਹ ਸਾਰਾ ਕੰਮ ਮੈਂ 4 ਹਫ਼ਤੇ ਅੰਦਰ ਖਤਮ ਕਰ ਦੂੰਗਾ। ਕੈਪਟਨ ਸਾਹਿਬ ਬੜੇ ਵੱਡੇ ਵੱਡੇ ਦਾਅਵੇ ਕਰ ਰਹੇ ਹੈਗੇ ਆ, ਜਿਹੜਾ ਹੈਗਾ ਉਹ ਬਹੁਤ ਪਰੇਸ਼ਾਨ ਹੈਗਾ, ਜਿਹੜਾ ਲੋਕਡਾਊਨ ਕੀਤਾ ਹੈਗਾ 6:30 ਵਜੇ, ਉਹਨਾਂ ਨੇ ਕਿਹਾ ਵੀ ਯੁੱਗ ਨੂੰ ਹੈਗਾ ਕਰੋਨਾ, ਜਿਹੜਾ ਰਾਤ ਨੂੰ ਆਉਂਦਾ ਦਿਨੇ ਨਹੀਂ ਆਉਂਦਾ। ਬਿਲਕੁਲ ਹੀ, ਪੰਜਾਬ ਦੇ ਵਿੱਚ ਇਕੱਲਾ ਪੰਜਾਬ ਸਟੇਟ ਆ ਜਿੱਥੇ ਰਾਤ ਦਾ ਕਰਫਿਊ ਆ, ਜਿੱਥੇ ਵੀਕਐਂਡ ਲੋਕਡਾਊਨ ਹੈਗਾ, ਸੋ ਹੋਰ ਕਿਸੇ ਸੂਬੇ 'ਚ ਨਹੀਂ ਹੈਗਾ ਕਿ ਇਕੱਲਾ ਪੰਜਾਬ 'ਚ ਆਉਂਦਾ ਹੈਗਾ। ਸੋ ਕੈਪਟਨ ਸਾਹਿਬ ਕਿਤੇ ਨਾ ਕਿਤੇ ਬੁਰੀ ਤਰ੍ਹਾਂ ਫੇਲ ਹੋਏ ਨੇ ਕਿ ਸਾਡੇ ਦੁਕਾਨਦਾਰਾਂ ਨੂੰ ਪ੍ਰੋਟੈਕਟ ਕਰਨ 'ਚ, ਛੋਟੇ ਵਪਾਰੀਆਂ ਨੂੰ ਪ੍ਰੋਟੈਕਟ ਕਰਨ 'ਚ ਉਹਨਾਂ 'ਤੇ ਆਣਾ ਲਾਉਣੀਆਂ ਪਾਬੰਦੀਆਂ ਲਾਈਆਂ ਹੋਈਆਂ ਨੇ, ਉਹਨਾਂ ਦੇ ਜਿਹੜੇ ਹੈਗੇ ਲਗਾਤਾਰ ਚਲਾਨ ਕੱਟੇ ਜਾ ਰਹੇ ਨੇ, ਪਰ ਲੇਕਿਨ ਆਪ ਬੁਰੀ ਤਰ੍ਹਾਂ ਜਿਹੜਾ ਹੈਗਾ ਉਹਦਾ ਉਹਦੇ ਖਿਲਾਫ ਨੇਗੇ। ਸੋ ਕੈਪਟਨ ਸਾਹਿਬ ਨੂੰ ਚਾਹੀਦਾ ਕਿ ਛੋਟੇ ਦੁਕਾਨਦਾਰਾਂ ਲਈ, ਛੋਟੇ ਸ਼ਾਪਕੀਪਰ ਦੇ ਲਈ, ਛੋਟੇ ਲੋਕਾਂ ਦੇ ਲਈ ਸਕੀਮ ਬਣਾਵੇ। ਸਰਕਾਰ ਬੁਰੀ ਤਰ੍ਹਾਂ ਫੇਲ ਆ, ਇਹ ਬਹੁਤ ਜ਼ਿਆਦਾ ਪੈਨਿਕ ਕ੍ਰੀਏਟ ਹੋਇਆ ਪਿਆ ਗਿਆ। ਮੈਂ ਦੇਖਿਆ ਕਿ ਪਟਿਆਲੇ ਦੇ ਵਿੱਚ ਇੱਕ ਸ਼ਹਿਰ ਸਨੌਰ ਦੇ ਵਿੱਚ ਕਿਸ ਤਰ੍ਹਾਂ 200 ਲੋਕਾਂ ਨੇ ਇਕੱਠੇ ਹੋ ਕੇ ਜਿਹੜਾ ਹੈਗਾ ਪ੍ਰੋਟੈਸਟ ਕੀਤਾ ਕਿ ਜੇਕਰ ਕੋਈ 5 ਮਿੰਟ ਵੀ ਜ਼ਿਆਦਾ ਟਾਈਮ ਹੋ ਜਾਂਦਾ ਤਾਂ 5 ਮਿੰਟ 'ਚ ਤਾਂ 1000 ਰੁਪਏ ਦਾ ਚਲਾਨ ਕੱਟ ਦਿੱਤਾ ਜਾਂਦਾ, 5 ਮਿੰਟ 'ਚ 2000 ਦਾ ਚਲਾਨ ਕੱਟ ਦਿੱਤਾ ਜਾਂਦਾ। ਸੋ ਸਰਕਾਰ ਨੂੰ ਚਾਹੀਦਾ ਕਿ ਜਿਹੜਾ ਵੀਕਐਂਡ ਲੋਕਡਾਊਨ ਆ, ਜਿਹੜਾ ਕਰਫਿਊ ਆ, ਇਹਦੇ ਦੁਬਾਰਾ ਫੈਸਲਾ ਲਵੇ। ਜਿਹੜਾ
इस दे नाल ही आम आदमी पार्टी वालों पंजाब सरकार ते होर कई गहरे इल्जाम भी लगाए गए, जिस विच पंजाब विच वध रहे माइनिंग माफिया शराब माफिया उन्हां उपर भी सवाल चुके गए। आम आदमी पार्टी तो एडवोकेट हरपाल सिंह चीमा ने पंजाब सरकार उपर यह इल्जाम लगाए कि पंजाब की सरकार नू कैप्टन साहब नहीं बल्कि पंजाब का माफिया राज चला रहा है। नाल ही उन्हां राजा अमरिंदर सिंह उपर भी यह आरोप लगाए कि राजा अमरिंदर सिंह सुखबीर बादल की प्रथा नू अगे वधा रहे ने अते सुखबीर बादल वालों चलाए गए माफिया नू अगे वधा रहे ने। ब्यूरो रिपोर्ट आज शाम प्लस।